ਓਵਰਵੇਟ ਕਰਕੇ ਮੇਰੀ ਐਂਗਜ਼ਾਇਟੀ ਤੇ ਸਟ੍ਰੈਸ ਬਹੁਤ ਜ਼ਿਆਦਾ ਵਧਿਆ ਹੋਇਆ ਸੀ। ਫਿਜ਼ੀਕਲ ਐਕਟੀਵਿਟੀਜ਼ ਮੇਰੇ ਤੋਂ ਨਹੀਂ ਹੋ ਰਹੀਆਂ ਸੀਗੀਆਂ, ਮੈਂ ਬਹੁਤ ਜ਼ਿਆਦਾ ਸਟ੍ਰੈਸ 'ਚ ਸੀਗਾ। ਮੈਂ ਕਾਫੀ ਰੀਸਰਚ ਕੀਤੀ ਇੰਟਰਨੈਟ 'ਤੇ ਅਤੇ ਸਭ ਤੋਂ ਬੈਸਟ ਬੈਰੀਆਟ੍ਰਿਕ ਸਰਜਨ ਮੈਨੂੰ ਡਾਕਟਰ ਸਾਹਿਬ ਮਿਲੇ। ਮੇਰਾ ਬਹੁਤ ਵਧੀਆ ਟ੍ਰੀਟਮੈਂਟ ਹੋਇਆ ਇੱਥੇ ਅਤੇ ਮੈਨੂੰ ਆਲਮੋਸਟ ਇੱਕ ਵੀਕ ਹੋ ਚੁੱਕਾ ਸਰਜਰੀ ਨੂੰ ਅਤੇ ਮੇਰਾ ਵੇਟ ਲੋਸ ਆਲਰੇਡੀ 4 kg ਹੋ ਚੁੱਕਾ ਹੈ। ਮੇਰਾ ਨਾਮ ਹੈ ਜੀ ਕਰਨ, ਮੈਂ ਕੈਨੇਡਾ ਤੋਂ ਵਿਜ਼ਿਟ ਕਰ ਰਿਹਾ ਇੰਡੀਆ ਕੁਛ ਕੁ ਮੰਥ ਲਈ ਅਤੇ ਮੈਨੂੰ ਓਵਰਵੇਟ ਕਰਕੇ ਮੇਰੀ ਐਂਗਜ਼ਾਇਟੀ ਅਤੇ ਸਟ੍ਰੈਸ ਬਹੁਤ ਜ਼ਿਆਦਾ ਵਧਿਆ ਹੋਇਆ ਸੀ। ਫਿਜ਼ੀਕਲ ਐਕਟੀਵਿਟੀਜ਼ ਮੇਰੇ ਤੋਂ ਨਹੀਂ ਹੋ ਰਹੀਆਂ ਸੀਗੀਆਂ ਅਤੇ ਮੇਰੇ ਪਰਸਨਲ ਲਾਈਫ 'ਚ ਵੀ ਬਹੁਤ ਪ੍ਰੋਬਲਮਸ ਆ ਰਹੀਆਂ ਸੀ, ਜਿਸ ਕਰਕੇ ਮੈਂ ਬਹੁਤ ਜ਼ਿਆਦਾ ਸਟ੍ਰੈਸ 'ਚ ਸੀਗਾ ਅਤੇ ਮੈਂ ਕਾਫੀ ਰੀਸਰਚ ਕੀਤੀ ਇੰਟਰਨੈਟ 'ਤੇ ਅਤੇ ਸਭ ਤੋਂ ਬੈਸਟ ਬੈਰੀਆਟ੍ਰਿਕ ਸਰਜਨ ਮੈਨੂੰ ਇੱਥੇ ਡਾਕਟਰ ਸਾਹਿਬ ਮਿਲੇ ਅਤੇ ਮੈਂ ਉਹਨਾਂ ਨਾਲ ਪਹਿਲਾਂ ਕੰਸਲਟ ਕੀਤਾ ਅਤੇ ਉਹਨਾਂ ਨੂੰ ਆਪਣਾ ਵੇਟ ਹਾਈਟ ਸਾਰਾ ਕੁਛ ਦੱਸਿਆ। ਉਹਨਾਂ ਨੇ ਬਹੁਤ ਵਧੀਆ ਮੈਨੂੰ ਟ੍ਰੀਟ ਕੀਤਾ ਅਤੇ ਮੈਨੂੰ ਅੱਗੇ ਵਾਸਤੇ ਦੱਸਿਆ ਕਿ ਕਿੱਦਾਂ ਕਿੱਦਾਂ ਕੀ ਹੋ ਸਕਦਾ ਅਤੇ ਮੈਨੂੰ ਆਲਮੋਸਟ 1 week ਹੋ ਚੁੱਕਾ ਸਰਜਰੀ ਨੂੰ ਅਤੇ ਮੇਰਾ ਵੇਟ ਲੋਸ ਆਲਰੇਡੀ 4 kg ਹੋ ਚੁੱਕਾ ਹੈ। ਮੇਰੇ ਛੋਟੇ ਜਿਹੇ ਕੱਟ ਲੱਗੇ ਆ ਅਤੇ ਉਹ ਵੀ ਹੁਣ ਬਿਲਕੁਲ ਨੋਰਮਲ ਹੋ ਚੁੱਕੇ ਆ ਅਤੇ ਆਲਮੋਸਟ ਪੇਨਲੈਸ ਸਰਜਰੀ ਆ, ਕੋਈ ਪੇਨ ਨਹੀਂ ਗੀ, ਕੋਈ ਬਲੀਡਿੰਗ ਨਹੀਂ ਗੀ ਅਤੇ ਹਾਲੇ ਤੱਕ ਕੋਈ ਵੀ ਪ੍ਰੋਬਲਮ ਨਹੀਂ ਆਈ। ਮੇਰਾ ਬਹੁਤ ਵਧੀਆ ਟ੍ਰੀਟਮੈਂਟ ਹੋਇਆ ਇੱਥੇ। ਮੇਰੀ ਜਿਹੜੀ ਸਰਜਰੀ ਹੋਈ ਹੈ ਲੈਪੋਸਕੋਪਿਕ ਸਰਜਰੀ ਕਹਿੰਦੇ ਆ ਇਹਨੂੰ, ਗੈਸਟ੍ਰਿਕ ਸਲੀਵ ਸਰਜਰੀ ਲਈ, ਅਤੇ ਇਹਦੇ ਵਿੱਚ ਕੋਈ ਬਲੱਡ ਲੋਸ ਵਗੈਰਾ ਨਹੀਂ ਹੁੰਦਾ ਜਾਂ ਕੋਈ ਪੇਨ ਨਹੀਂ ਹੁੰਦੀ। ਮੈਨੂੰ ਬਹੁਤ ਈਜ਼ੀ ਰਹੀ ਸਰਜਰੀ, ਕੁਛ ਮੇਜਰ ਨਹੀਂ ਸੀਗਾ ਅਤੇ ਉਦੋਂ ਬਾਅਦ ਮੈਨੂੰ ਹਜੇ ਐਗਜੈਕਟਲੀ 7 ਦਿਨ ਹੋ ਗਏ ਸਰਜਰੀ ਨੂੰ ਅਤੇ ਮੈਂ ਬਹੁਤ ਨੋਰਮਲ ਹਾਂ। ਆਪਣਾ ਆਲਮੋਸਟ 100 kilometers ਟਰੈਵਲ ਕਰਕੇ ਆਇਆ ਇੱਥੇ ਅਤੇ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਵੀ ਚੀਜ਼ ਦੀ ਅਤੇ ਆਈ ਹੋਪ ਅੱਗੇ ਵੀ ਨਹੀਂ ਆਊਗੀ। ਐਂਡ ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਸਟਾਫ ਬਹੁਤ ਵਧੀਆ ਵਾ, ਬਹੁਤ ਪੋਲਾਈਟ ਹੈ, ਹੈਲਪਫੁਲ ਹੈ। ਜਿੱਦਾਂ ਕਿ ਮੈਂ ਇਕੱਲਾ ਆਇਆ ਸੀਗਾ ਇੱਥੇ, ਮੇਰੀ ਫੈਮਲੀ ਜਾਂ ਫਿਰ ਹੋਰ ਨਹੀਂ ਹੈਗੇ ਤਾਂ ਮੈਨੂੰ ਬਹੁਤ ਸਪੋਰਟ ਕੀਤਾ ਸਾਰਿਆਂ ਨੇ। ਮੈਂ ਪਰਸਨਲੀ ਇਹ ਕਹਿਣਾ ਚਾਹੂੰਗਾ ਜੇ ਕਿਸੇ ਨੂੰ ਸਹੀ 'ਚ ਓਬੇਸਿਟੀ ਜਾਂ ਫਿਰ ਕਿਸੇ ਵੀ ਇੱਦਾਂ ਦੀ ਪ੍ਰੋਬਲਮ ਆ ਰਹੀ ਹੈ ਕਿ ਤੁਹਾਡੀ ਪਰਸਨਲ ਲਾਈਫ 'ਚ ਪ੍ਰੋਬਲਮ ਆਉਂਦੀ, ਤੁਸੀਂ ਇੱਕ ਵਾਰੀ ਇਹਨਾਂ ਨਾਲ ਕੰਸਲਟ ਜ਼ਰੂਰ ਕਰੋ, ਉਹ ਤੁਹਾਨੂੰ ਹੱਲ ਦੱਸੂਗੇ। ਜੇ ਕੋਈ ਲੋੜ ਹੋਈ ਤਾਂ ਉਹ ਜ਼ਰੂਰ ਹੈਲਪ ਕਰਨਗੇ। ਆਈ ਹੋਪ ਫੋਰ ਦਾ ਬੈਸਟ।